ਸਤਿ ਸ਼੍ਰੀ ਅਕਾਲ ਜੀ ਕਿਸਾਨ ਭਰਾਓ, ਅੱਜ ਆਪਾਂ ਤੁਹਾਡੇ ਨਾਲ ਤੂੜੀ ਦੇ ਰੇਟ ਸਾਂਝੇ ਕਰਾਂਗੇ। ਤੁਸੀਂ ਵੀ ਕਮੈਂਟਾਂ ਦੇ ਵਿੱਚ ਜ਼ਰੂਰ ਆਪਣੇ ਏਰੀਏ ਦੇ ਰੇਟ ਸਾਂਝੇ ਕਰਿਆ ਕਰੋ ਤਾਂ ਜੋ ਆਪਣੇ ਲਾਗੇ ਬੰਨੇ ਜਾਂ ਹੋਰ ਕਿਸਾਨਾਂ ਨੂੰ ਜਿਹੜਾ ਵਾ ਉਹ ਸਹੀ ਰੇਟ ਦਾ ਜਿਹੜਾ ਪਤਾ ਚੱਲ ਸਕੇ, ਤਾਂ ਜੋ ਵੇਚਣ ਲੱਗਿਆਂ ਜਿਹੜੀ ਆ ਕਿਸਾਨਾਂ ਨੂੰ ਆਸਾਨੀ ਹੋ ਜਾਂਦੀ ਹੈ। ਸੋ ਜਿਹੜੇ ਕਿਸਾਨ ਵੀਰ ਪਹਿਲੀ ਵਾਰੀ ਵੀਡੀਓ ਦੇਖ ਰਹੇ ਆ ਚੈਨਲ 'ਤੇ, ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਲਿਓ ਅਤੇ ਬੈੱਲ ਵਾਲਾ ਬਟਨ ਨਾਲ ਜ਼ਰੂਰ ਦਬਾ ਲਿਓ। ਸੋ ਹੁਣ ਗੱਲ ਕਰਦੇ ਜੀ ਆਪਾਂ ਤੂੜੀ ਦੇ ਰੇਟਾਂ ਦੀ। ਤੂੜੀ ਦੇ ਰੇਟ ਪਿਛਲੇ 3-4 ਦਿਨਾਂ ਤੋਂ ਜਿਹੜੇ ਡਾਊਨ ਚੱਲੀ ਜਾਂਦੇ ਆ, ਕਿਉਂਕਿ ਬਾਰਿਸ਼ ਕਾਫੀ ਜਿਹੜੀ ਹੈ ਪੂਰੇ ਪੰਜਾਬ ਦੇ ਵਿੱਚ ਹੋ ਰਹੀ ਹੈ, ਜਿਹਦੇ ਕਰਕੇ ਤੂੜੀਆਂ ਗਿੱਲੀਆਂ ਵੀ ਹੋਈਆਂ। ਜਿਹੜੀਆਂ ਬਾਹਰ ਪਈਆਂ ਤੂੜੀਆਂ ਵਾ ਉਹ ਬਦੋ ਬਦੀ ਜਿਹੜੀਆਂ ਸਿੱਲੀਆਂ ਹੋ ਜਾਂਦੀਆਂ, ਜਿਹਦੇ ਕਰਕੇ ਵਪਾਰੀ ਜਿਹੜੇ ਆ ਰੇਟ ਡਾਊਨ ਕਰ ਦਿੰਦੇ ਆ। ਸੋ ਅੰਦਰ ਚੰਗੀ ਤੂੜੀ ਦਾ ਵੀ ਜਿਹੜਾ ਰੇਟ ਉਹ ਡਾਊਨ ਹੋ ਜਾਂਦਾ, ਜੋ ਜਿੰਨੇ ਅਜੇ ਤੂੜੀ ਵੇਚਣੀ ਆ ਉਹ 4-5-10 ਦਿਨਾਂ 'ਚ ਨਾ ਵੇਚੋ। ਸੋ ਆਪਾਂ ਰੇਟਾਂ ਦੀ ਗੱਲ ਕਰਦੇ ਹਾਂ, ਸਾਡੇ ਤਰਨ ਤਾਰਨ ਏਰੀਏ ਦੇ ਵਿੱਚ 450 ਤੋਂ ਲੈ ਕੇ ਅਤੇ 500 ਰੁਪਏ ਤੱਕ ਤੂੜੀ ਵਿਕ ਰਹੀ ਆ। ਕੋਟਕਪੂਰੇ ਦੀ ਗੱਲ ਕਰੀਏ, ਉੱਥੇ ਵੀ 400 ਤੋਂ ਲੈ ਕੇ ਅਤੇ 505 ਰੁਪਏ ਤੂੜੀ ਜਿਹੜੀ ਉੱਥੇ ਗਈ ਆ। ਅੱਗੇ ਗੱਲ ਕਰ ਲੈਂਦੇ ਹਾਂ ਜੀ ਮੋਗੇ ਦੀ। ਮੋਗੇ ਤੂੜੀ 500 ਤੋਂ ਲੈ ਕੇ 550 ਰੁਪਏ ਤੱਕ ਰੇਟ ਰਿਹਾ। ਅੱਗੇ ਗੱਲ ਕਰ ਲੈਂਦੇ ਜੀਰਾ। ਜੀਰੇ ਤੂੜੀ ਜਿਹੜੀ 490 ਰੁਪਏ ਵਿਕੀ ਆ ਜੀ। ਅਤੇ ਇੱਧਰ ਆਪਾਂ ਕਪੂਰਥਲੇ ਦੀ ਗੱਲ ਕਰ ਲਈਏ, ਇੱਥੇ ਤੂੜੀ ਦਾ ਰੇਟ 500 ਤੋਂ ਲੈ ਕੇ ਅਤੇ 525 ਰੁਪਏ ਤੱਕ ਤੂੜੀ ਚੰਗੀ ਜਿਹੜੀ ਆ ਉਹ ਵਿਕੀ ਆ। ਅੱਗੇ ਗੱਲ ਕਰ ਲੈਂਦੇ ਜਲੰਧਰ ਦੀ। ਜਲੰਧਰ ਤੂੜੀ ਦਾ ਰੇਟ 500 ਤੋਂ ਲੈ ਕੇ ਅਤੇ 600-650 ਰੁਪਏ ਤੱਕ ਜਿਹੜੀ ਤੂੜੀ ਉੱਥੇ ਵਿਕੀ ਆ। ਅੱਗੇ ਲੁਧਿਆਣੇ ਦੀ ਗੱਲ ਕਰ ਲਈਏ, ਲੁਧਿਆਣੇ ਦਾ ਤੂੜੀ ਦਾ ਰੇਟ ਥੋੜ੍ਹਾ ਤੇਜ਼ ਹੁੰਦਾ, ਉੱਥੇ ਤੂੜੀ ਜਿਹੜੀ ਆ 600 ਰੁਪਏ ਨੂੰ ਵਿਕ ਰਹੀ ਆ। ਇੱਧਰ ਸ਼੍ਰੀ ਮੁਕਤਸਰ ਸਾਹਿਬ ਦੀ ਗੱਲ ਕਰ ਲਈਏ ਅਤੇ ਉੱਥੇ ਤੂੜੀ 570 ਰੁਪਏ ਜਿਹੜੀ ਉੱਥੇ ਵਿਕੀ ਆ। ਕੁੱਲ ਮਿਲਾ ਕੇ ਆਪਾਂ ਗੱਲ ਕਰ ਲਈਏ ਅਤੇ ਓਵਰਆਲ ਜਿਹੜੀ ਤੂੜੀ ਆ 500 ਤੋਂ ਲੈ ਕੇ ਅਤੇ 600 ਦੇ ਵਿੱਚ ਜਿਹੜੀ ਆ ਉਹ ਵਿਕ ਰਹੀ ਆ। ਹਰੇਕ ਸ਼ਹਿਰ ਦੇ ਵਿੱਚ 10-20 ਰੁਪਏ ਉੱਤੇ ਥੱਲੇ ਚੱਲਣ ਰਿਹਾ, ਜਿੱਥੇ ਵੱਡੇ ਸ਼ਹਿਰ ਆ, ਜਿੱਥੇ ਡੇਅਰੀਆਂ ਜ਼ਿਆਦੀਆਂ, ਜਿਸ ਤਰ੍ਹਾਂ ਸ਼੍ਰੀ ਅੰਮ੍ਰਿਤਸਰ, ਲੁਧਿਆਣਾ, ਇੱਥੇ ਜਿਹੜੇ ਰੇਟ ਥੋੜ੍ਹੇ ਤੇਜ਼ ਹੁੰਦੇ ਆ। ਬਾਕੀ ਜਿਹੜਾ ਰੇਟ ਵਾ ਉਹ 500 ਤੋਂ ਲੈ ਕੇ 600 ਦੇ ਅੰਦਰ ਅੰਦਰ ਜਿਹੜਾ ਉਹ ਚੱਲਣ ਰਿਹਾ। ਸੋ ਧੰਨਵਾਦ ਜੀ।